ਪਾਵਰ ਕਾਰਪੋਰੇਸ਼ਨ ਪਟਿਆਲਾ ਦੇ ਵਿੱਚ ਜਿੱਥੇ ਕਿ ਮੁਲਾਜ਼ਮਾਂ ਵੱਲੋਂ ਧਰਨਾ ਲਗਾਇਆ ਗਿਆ ਹੈ। ਧਰਨਾ ਕਿਉਂ ਲਗਾਇਆ ਗਿਆ, ਕੀ ਕਾਰਨ ਹੈ, ਉਹਦੀ ਗੱਲ ਕਰਦੇ ਹਾਂ ਇਹਨਾਂ ਨਾਲ। ਮੈਂ ਅਜੀਤ ਸਿੰਘ ਮੱਟੂ, ਪ੍ਰਧਾਨ ਮਿਸਲ ਵਰਕਰ ਯੂਨੀਅਨ। ਸਾਡੀ ਮੰਗ ਇਹ ਹੈ ਕਿ ਸਾਨੂੰ ਹਰ ਮਹੀਨੇ 25 ਤਰੀਕ ਤੋਂ ਪਹਿਲਾਂ ਤਨਖਾਹ ਨਹੀਂ ਕਦੇ ਮਿਲਦੀ। ਸਰ ਇਹ ਜਿਹੜਾ ਧਰਨਾ ਲੱਗਿਆ ਕਿਸ ਕਾਰਨ ਕਰਕੇ ਲੱਗਿਆ ਆ? ਇਹ ਸਾਨੂੰ ਜਿਹੜੀ ਤਨਖਾਹ ਹੈਗੀ ਆ ਉਹ ਨਹੀਂ ਸਾਡੀ ਹੋ ਰਹੀ ਦਸੰਬਰ ਦੇ ਮਹੀਨੇ ਦੀ, ਫਰਵਰੀ ਦੇ ਮਹੀਨੇ ਦੀ, ਜਨਵਰੀ ਦੇ ਮਹੀਨੇ ਦੀ ਸਾਨੂੰ ਜਿਹੜੀ ਤਨਖਾਹ ਹੈਗੀ ਆ ਉਹ ਸਾਨੂੰ ਰਿਲੀਜ਼ ਨਹੀਂ ਕੀਤੀ, ਅਤੇ ਨਾ ਹੀ ਸਾਨੂੰ ਜਿਹੜੇ ਪੈਨਸ਼ਨਰ ਹੈਗੇ ਆ ਸਾਡੇ ਮੁਲਾਜ਼ਮ ਰਿਟਾਇਰਮੈਂਟ ਵਾਲੇ ਉਹਨਾਂ ਨੂੰ ਵੀ ਨਹੀਂ ਤਨਖਾਹ ਰਿਲੀਜ਼ ਕੀਤੀ। ਇਹ ਕਿੰਨਾ ਟਾਈਮ ਹੋ ਗਿਆ ਸਰ? ਇਹ ਜਿਹੜੇ ਰਿਟਾਇਰਮੈਂਟ ਕਰਮਚਾਰੀ ਉਹਨਾਂ ਤੋਂ 2 ਮਹੀਨੇ ਹੋ ਕੇ ਪੈਨਸ਼ਨ ਨਹੀਂ ਮਿਲੀ ਜੀ। ਇਹ ਜਿਹੜਾ ਆਪਣੇ ਮੁਲਾਜ਼ਮ ਹਾਜ਼ਰ ਨੇ ਉਹਨਾਂ ਨੂੰ ਘੱਟੋ ਘੱਟ 1.5 ਮਹੀਨਾ ਹੋ ਗਿਆ, ਹਾਲੇ ਤੱਕ ਤਨਖਾਹ ਨਹੀਂ ਮਿਲੀ। ਸਰ ਇਸ ਬਾਰੇ ਤੁਸੀਂ ਕੋਈ ਪਹਿਲਾਂ ਕੋਈ ਕੰਪਲੇਂਟ ਕੀਤੀ ਹੈ, ਸ਼ਿਕਾਇਤ ਕੀਤੀ ਹੈ ਪ੍ਰਸ਼ਾਸਨ ਨੂੰ? ਦਿੱਤਾ ਹੈ ਜੀ ਪ੍ਰਸ਼ਾਸਨ ਨੂੰ ਜੀ, ਪਰ ਪ੍ਰਸ਼ਾਸਨ ਇਹਨਾਂ ਕਰਨਾ ਤੇ ਗੌਰ ਨਹੀਂ ਕਰਦਾ ਕੋਈ। ਕੀ ਕਹਿ ਰਹੇ ਸੀ ਸਰ ਉਹਨਾਂ ਦਾ, ਉਹਨਾਂ ਦਾ ਕੀ ਕਹਿਣਾ ਇਸ ਬਾਰੇ? ਸਾਨੂੰ 25 ਤਰੀਕ ਤਨਖਾਹ ਮਿਲੀ ਹੈ, 4 ਮਹੀਨੇ ਹੋ ਗਏ ਜੀ। ਅਗਰ ਪ੍ਰਸ਼ਾਸਨ ਦਾ ਸਰਕਾਰ ਦਾ ਇਹੀ ਰਵੱਈਆ ਰਿਹਾ ਜੀ, ਤਾਂ ਜਿਹੜਾ ਹੈਗਾ ਅਸੀਂ ਟੋਟਲੀ ਸੀਵਰੇਜ ਪਾਣੀ ਔਰ ਸਾਰਾ ਬੈਂਡ ਆਊਟ ਕਰ ਦਾਂਗੇ, ਸਾਰਾ ਕੰਮ ਬੰਦ ਕਰ ਦਾਂਗੇ, ਔਰ ਸਾਨੂੰ ਮਜਬੂਰਨ ਸ਼ਹਿਰ ਦੇ ਵਿੱਚ ਜਾ ਕੇ ਧਰਨੇ ਪ੍ਰਦਰਸ਼ਨ ਕਰਨੇ ਪੈਣੇ ਆ, ਤਾਂ ਹੀ ਸਰਕਾਰ ਦੀ ਜਿਹੜੀ ਅੱਖ ਹੋਊਗੀ। ਕਿੰਨਾ ਟਾਈਮ ਹੋ ਗਿਆ ਸਰ ਇਹ ਧਰਨੇ ਚੱਲਦੇ ਨੇ ਤੁਹਾਡੇ ਨੂੰ? ਇਹ ਅੱਜ ਦੂਜਾ ਦਿਨ ਹੈ ਜੀ। ਦੂਜਾ ਦਿਨ ਹੈ ਤੇ ਕੋਈ ਆਇਆ ਸਰ ਤੁਹਾਨੂੰ ਮਿਲਣ ਲਈ? ਨੋ, ਕਿਸੇ ਦੇ ਕੰਮ ਦੇ ਚੁਹੇ ਨਹੀਂ ਸਰਕਦੀ। ਮੇਅਰ ਸਾਹਿਬ ਨਾ, ਮੇਅਰ ਸਾਹਿਬ ਪਰਵਾਹ ਕਰਨ ਔਰ ਨਾ ਹੀ ਜਿਹੜਾ ਹੈਗਾ ਸਾਡੇ ਕਮਿਸ਼ਨਰ ਸਾਹਿਬ ਪਰਵਾਹ ਕਰਨ, ਉਹ ਆਪ ਨਹੀਂ 11-11 ਵਜੇ ਤੱਕ ਪੜਦੇ, ਉਹ ਸਾਡੀ ਕੀ ਸਾਹਿਬ ਲੈਣਗੇ, ਆਪਣਾ ਟਾਈਮ ਹੀ ਨਹੀਂ ਹੈਗਾ ਮੁਲਾਜ਼ਮਾਂ ਦੀ ਸਾਹਿਬ ਲੈਣ ਵਾਸਤੇ। ਉਹ ਸਾਡਾ ਪੰਜਾਬ ਸਰਕਾਰ ਕਈ ਸਾਡੇ ਜਿਹੜੇ ਕਮਾਈ ਦੇ ਸੋਰਸ ਸੀਗੇ ਉਹ ਚੂਰੀ ਹੋ ਗਿਆ, ਵਾਟਰ ਸਪਲਾਈ ਦੇ ਜਿਹੜੇ 125 ਗੱਜ ਵਾਲੇ ਪਲਾਟ ਆ ਉਹਨਾਂ ਦੇ ਉਹਨਾਂ ਨੇ ਮਾਫ਼ ਕਰਤਾ, ਚੂਗੀ ਮਾਫ਼ ਕਰਤੀ ਪੰਜਾਬ ਸਰਕਾਰ ਸਾਨੂੰ, ਉਹਦੇ ਬਦਲੇ ਕੋਈ GST ਦਿੰਦੀ ਸੀਗੀ, ਪਰ ਉਹ GST ਜਿਹੜੀ ਹੈਗੀ ਆ ਨਾ ਪੰਜਾਬ ਸਰਕਾਰ ਸਾਨੂੰ GST ਦੇ ਰਹੀ ਆ ਨਾ ਕੋਈ ਦੇ ਰਹੀ, ਇਸ ਕਰਕੇ ਸਾਡੀ ਜਿਹੜੀ ਤਨਖਾਹ ਉਹ ਵਿੱਚੇ ਵਧੀ ਪਈ ਆ ਉਹਦੇ ਘਰ। ਐਕਸਾਈਜ ਜਿਹੜੀ ਹੈਗੀ ਆ ਸਾਡੀ 7 ਕਰੋੜ ਰੁਪਏ ਐਕਸਾਈਜ ਆ, ਅਤੇ 15 ਕਰੋੜ ਜਿਹੜਾ ਹੈਗਾ ਉਹ ਸਾਡਾ GST ਦਾ। ਅਗਰ ਸਰਕਾਰ ਸਾਨੂੰ GST ਦੇ ਦਿੰਦੀ ਹੈ ਪੰਜਾਬ ਸਰਕਾਰ, ਤਾਂ ਹੀ ਤਨਖਾਹ ਦੇ ਆ ਤਨਖਾਹ ਸਾਨੂੰ ਮਿਲੂਗੀ, ਵਰਨਾ ਸਾਨੂੰ ਤਨਖਾਹ ਮਿਲਣ ਦਾ ਕੋਈ ਚਾਂਸ ਨਹੀਂ ਹੈ, ਕਿਉਂਕਿ ਸਾਡੀ ਕਾਰਪੋਰੇਸ਼ਨ ਦੀ ਜਿਹੜਾ ਖਜ਼ਾਨਾ ਹੈਗਾ ਉਹਦੇ ਬਿਲਕੁਲ ਵੀ ਕੋਈ ਸਾਡਾ ਹੱਥ ਫੜ ਨਹੀਂ ਪਿਆ। ਅਤੇ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਹੋ ਪ੍ਰਸ਼ਾਸਨ ਨੂੰ? ਕੀ ਅਪੀਲ ਨਹੀਂ, ਪੰਜਾਬ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਹਾਂ, ਅਗਰ ਪੰਜਾਬ ਸਰਕਾਰ ਨੇ ਜਲਦੀ ਤੋਂ ਜਲਦੀ ਜਿਹੜਾ ਹੈਗਾ ਸਾਡਾ GST ਜਾਂ ਐਕਸਾਈਜ਼ ਦਾ ਪੈਸਾ ਸਾਨੂੰ ਰਿਲੀਜ਼ ਨਾ ਕੀਤਾ, ਤਾਂ ਪੰਜਾਬ ਸਰਕਾਰ ਦਾ ਉਹ ਹਾਲ ਹੋਊਗਾ ਜਿਹੜਾ ਦਿੱਲੀ ਦੇ ਵਿੱਚ ਹੁਣ ਕਾਂਗਰਸ ਦੇ BJP ਦਾ ਹਾਲ ਹੋਊਗਾ। ਕਿ ਜਦੋਂ ਵੀ ਕਦੀ ਮੁਲਾਜ਼ਮ ਪੱਖੀ ਚਿੱਠੀਆਂ ਆਉਂਦੀਆਂ ਹਨ ਤਾਂ ਪਹਿਲ ਦੇ ਆਧਾਰ 'ਤੇ ਉਹਨਾਂ ਦੇ ਜਵਾਬ 'ਤੇ ਲਾਇਆ ਜਾਵੇ, ਜੇਕਰ ਕੋਈ ਮੁਸ਼ਕਿਲ ਹੈ ਕੋਈ ਦਿੱਕਤ ਹੈ ਤਾਂ ਯੂਨੀਅਨ ਨੂੰ ਦੱਸਿਆ ਜਾਵੇ, ਆਪਣੇ ਹੋਰ ਮੁਲਾਜ਼ਮ ਭਾਈਆਂ ਨੂੰ ਦੱਸਿਆ ਜਾਵੇ। ਸਾਡਾ ਕੋਈ ਵੀ ਮੁਲਾਜ਼ਮ ਭਾਈ ਤੁਹਾਨੂੰ ਕੰਮ ਦੇ ਵਿੱਚ ਸਹਿਯੋਗ ਕਰਨ ਨੂੰ ਤਿਆਰ ਹੈ, ਕਦੇ ਵੀ ਜੈਕਾਰ ਨਹੀਂ ਦਿੰਦਾ। ਸੋ ਇੱਕ ਵਾਰ ਮੈਂ ਇਹਨਾਂ ਸ਼ਬਦਾਂ ਨਾਲ ਆਪਣਾ ਅਸਤਾਨ ਲਵਾਂਗਾ, ਪੰਜਾਬ ਸਰਕਾਰ ਦਾ ਪਿੱਛਾ ਆਪਾਂ ਕਰੀਏ, ਪੰਜਾਬ ਸਰਕਾਰ ਪ੍ਰਸ਼ਾਸਨ ਯਾਰ ਪਿੱਛੇ ਜਿਹੜੇ ਬੈਠੇ ਨੇ ਪੌੜੀਆਂ 'ਤੇ ਮੇਰੀਆਂ ਭੈਣਾਂ ਮੇਰੀਆਂ ਬੀਬੀਆਂ ਉਹਨਾਂ ਦੀ ਆਵਾਜ਼ ਨੇ,